ਪਿੰਡ ਪ੍ਰੇਮਪੁਰ ਵਿਖੇ ਪੰਜਾਬ ਸਰਕਾਰ ਵੱਲੋਂ ਫਗਵਾੜਾ ਤਹਿਸੀਲ ਨਿਯੁਕਤ ਗਾਰਡੀਅਨਸ ਆਫ ਗਵਰਨੈਂਸ ਖੁਸ਼ਹਾਲੀ ਦੇ ਰਾਖੇ ਦੀ ਟੀਮ ਨੇ ਕਰਨਲ ਤਰਨਜੀਤ ਸਿੰਘ ਦੀ ਦਿਸ਼ਾ ਨਿਰਦੇਸ਼ਾਂ ਹੇਠ ਅਤੇ GOG ਨਾਨਕ ਸਿੰਘ ਦੀ ਅਗਵਾਈ ਹੇਠ ਸਰਪੰਚ ਰਾਣੋ ਪ੍ਰੇਮਪੁਰ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪੰਚਾਇਤੀ ਜ਼ਮੀਨ ਵਿੱਚ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਦੇ ਮੰਤਵ ਨਾਲ ਬੂਟੇ ਲਗਾਏ ਗਏ। ਇਸ ਮੌਕੇ ਪੰਚ ਅਜੀਤ ਸਿੰਘ ਨੇ ਕਿਹਾ ਕਿ ਪਿੰਡ ਦੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਦੇ ਮੰਤਵ ਨਾਲ ਸਮੁੱਚੀ ਖੁਸ਼ਹਾਲੀ ਦੇ ਰਾਖੇ ਦੀ ਟੀਮ ਫਗਵਾੜਾ ਦੇ ਸਹਿਯੋਗ ਨਾਲ 300 ਦੇ ਕਰੀਬ ਬੂਟੇ ਲਗਾਏ ਜਾਣਗੇ ਅਤੇ ਨਾਲ ਹੀ ਇਹਨਾਂ ਦੀ ਪੂਰੀ ਸਾਂਭ ਸੰਭਾਲ ਵੀ ਕੀਤੀ ਜਾਵੇਗੀ। ਇਸ ਮੌਕੇ GOG ਨਾਨਕ ਸਿੰਘ ਨੇ ਪਿੰਡ ਦੇ ਸਰਪੰਚ ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਬੂਟੇ ਲਾ ਕੇ ਵਾਤਾਵਰਣ ਦੀ ਸੰਭਾਲ ਕਰਨ ਨੂੰ ਪ੍ਰੇਰਿਤ ਕੀਤਾ। ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਪਿੰਡ ਪ੍ਰੇਮਪੁਰ ਦਾ ਬਨਜੀ ਕਾ, ਮੇਰਾ ਨਾਂ ਅਜੀਤ ਸਿੰਘ ਹੈ, ਜੋ GOG ਟੀਮ ਦੇ ਅਧੀਨ ਬੂਟੇ ਲਾਉਣ ਲਈ ਸਰਕਾਰ ਨੇ ਹੁਕਮ ਦਿੱਤੇ ਹਨ। ਉਹ ਸਾਡੇ ਪਿੰਡ ਟੀਮ ਪਹੁੰਚੀ ਹੈ ਔਰ ਅਸੀਂ ਸਾਰਿਆਂ ਨੇ ਪਿੰਡ ਦਿਆਂ ਰਹਿ ਕੇ ਨਰੇਗਾ ਸਿੰਘ ਦੇ ਅਧੀਨ ਟਾਂਚੀ ਲਾਉਣ ਅਤੇ ਬੂਟੇ ਲਾਉਣ ਦਾ ਕੰਮ ਸ਼ੁਰੂ ਕੀਤਾ ਹੈ, ਜੋ ਕਿ ਪਹਿਲਾਂ 100-125 ਬੂਟਾ ਲਾ ਦਿੱਤਾ ਹੈ ਔਰ ਅਸੀਂ ਟੋਟਲ 300 ਬੂਟਾ ਲਾਉਣਾ ਹੈ ਔਰ ਅਸੀਂ ਇਸ ਕੰਮ ਲਈ ਸਾਰੇ ਪਿੰਡ ਬਹੁਤ ਖੁਸ਼ ਹਾਂ, ਜੋ ਕਿ ਇਹ ਸਰਕਾਰ ਨੇ ਵਧੀਆ ਕਦਮ ਚੁੱਕਿਆ ਹੈ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ। ਨਾਨਕ ਸਿੰਘ GOG ਦੀ ਟੀਮ ਦੀ ਤਰਫੋਂ ਪਿੰਡ ਪ੍ਰੇਮਪੁਰ ਵਿੱਚ ਆ ਕੇ ਪਿੰਡ ਵਾਸੀਆਂ ਦੇ ਨਾਲ 100 ਬੂਟਾ ਇਸ ਤੋਂ ਪਹਿਲਾਂ ਵੀ ਲਾਇਆ ਹੈ ਔਰ ਇਸ ਤੋਂ ਬਾਅਦ ਵੀ 200 ਬੂਟੇ ਹੋਰ ਲਾਉਣੇ ਆ ਤਾਂ ਕਿ ਪੰਜਾਬ ਦਾ ਜਿਹੜਾ ਪ੍ਰਦੂਸ਼ਣ ਤੋਂ ਮੁਕਤ ਕੀਤਾ ਜਾਵੇ, ਤਾਂ ਕਿ ਪ੍ਰੇਮਪੁਰ ਵਾਸੀ ਚੰਗੀ ਤਰ੍ਹਾਂ ਆਪਣੇ ਪਿੰਡ ਵਿੱਚ ਰਹਿ ਸਕਣ। ਥੈਂਕ ਯੂ। ਇਸ ਮੌਕੇ ਸਤਨਾਮ ਸਿੰਘ ਪੰਚ, ਲੈਂਬਰਦਾਸ ਰੇਸ਼ਮ ਸਿੰਘ, ਮੈਂਬਰ ਸਿੰਘ ਪੰਚ ਪਰਮਜੀਤ ਕੌਰ, ਕੁਲਦੀਪ ਕੌਰ ਅਤੇ ਖੁਸ਼ਹਾਲੀ ਦੇ ਇਲਾਕੇ ਦੀ ਟੀਮ ਫਗਵਾੜਾ ਵੱਲੋਂ GOG ਸੂਬੇ ਦਾ ਮੇਜਰ ਕੁਲਵੀਰ ਸਿੰਘ, ਰਾਮਪੁਰ ਖਲਿਆਣ, ਚਰਨਜੀਤ ਸਿੰਘ ਡੁਮੇਲੀ, ਓਂਕਾਰ ਸਿੰਘ ਪਾਸਟਾ, ਪ੍ਰੇਮ ਸਿੰਘ ਭੁੱਲਾਰਾਈ, ਦੀਸ਼ਾ ਮਲਕਪੁਰ, ਨਾਨਕ ਸਿੰਘ ਹਰਬੰਸਪੁਰ, ਮੱਖਣ ਸਿੰਘ ਹਰੀਆਵਾਸ, ਸੁਖਦੇਵ ਸਿੰਘ ਨਾਰੰਗਪੁਰ, ਅੰਗਰੇਜ਼ ਸਿੰਘ ਚਾਇੜ ਤੋਂ ਇਲਾਵਾ ਹੋਰ ਅਨੇਕਾਂ ਮੌਤਵਾਲ ਪਿੰਡ ਵਾਸੀ ਹਾਜ਼ਰ ਸਨ।